ਕਿਹੜੀ ਬੱਸ ਹੈਗੀ ਆ? ਕਰਤਾਰ ਬੱਸ। ਕਰਤਾਰ ਬੱਸ, ਠੀਕ ਹੈ। ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ? ਮੈਂ ਜਲੰਧਰ ਤੋਂ ਬੈਠਾ ਤੇ ਜੋ ਸਰਕਾਰ ਦੇ ਜੋ ਤੁਹਾਨੂੰ ਹੁਕਮ ਹੋਇਆ, ਆਰਡਰ ਹੋਇਆ, ਉਹਦੇ ਮੁਤਾਬਿਕ ਇਹ ਨਹੀਂ, ਮੈਂ ਜਲੰਧਰ ਤੋਂ ਬੈਠਾ, ਹੁਣ ਦੇਖਿਆ ਸਾਰਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੈਨਿਕ ਉਜਾਲਾ ਦੇ ਵਿੱਚ ਤੁਹਾਡਾ ਸਵਾਗਤ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਵਿੱਚ ਕਹਿਰ ਮਚਾਇਆ ਹੋਇਆ ਹੈ ਅਤੇ ਇਸ ਕਹਿਰ ਦੇ ਕਰਕੇ ਸਾਡੀਆਂ ਸਰਕਾਰਾਂ ਵੀ ਬਹੁਤ ਪਰੇਸ਼ਾਨ ਨੇ ਅਤੇ ਸਾਡੀਆਂ ਸਰਕਾਰਾਂ ਨੇ ਲੋਕਾਂ ਦੀ ਸੇਫਟੀ ਦੇ ਲਈ ਹੁਕਮ ਜਾਰੀ ਕੀਤੇ ਨੇ, ਲੋਕਾਂ ਦੇ ਇਕੱਠ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਕੋਰੋਨਾ ਵਾਇਰਸ ਦੀ ਗਿਣਤੀ ਵੱਧ ਨਾ ਸਕੇ। ਬੱਸਾਂ ਵਿੱਚ ਸਵਾਰੀਆਂ ਜ਼ਿਆਦਾ ਰਸ਼ ਨਾ ਪਾਉਣ, ਉੱਥੇ ਕੁਝ ਬੱਸਾਂ ਵਾਲੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਰਤਾਰ ਬੱਸ ਵਾਲੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਕੀ ਕਰਤਾਰ ਬੱਸ ਲਈ ਕੋਈ ਕਾਨੂੰਨ ਨਹੀਂ? ਦੈਨਿਕ ਉਜਾਲਾ ਨਿਊਜ਼ ਚੈਨਲ ਤੋਂ ਸਰ, ਮੈਂ ਦੈਨਿਕ ਉਜਾਲਾ ਨਿਊਜ਼ ਚੈਨਲ ਤੋਂ। ਤੁਹਾਡਾ ਸ਼ੁਭ ਨਾਮ ਕੀ ਹੈ? ਸੁਰਿੰਦਰ ਸ਼ਰਮਾ। ਕਿਹੜੀ ਬੱਸ ਹੈਗੀ ਆ? ਕਰਤਾਰ ਬੱਸ। ਕਰਤਾਰ ਬੱਸ, ਠੀਕ ਹੈ ਜੀ। ਅਤੇ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ? ਮੈਂ ਜਲੰਧਰ ਤੋਂ ਬੈਠਾ ਤੇ ਜੋ ਸਰਕਾਰ ਦੇ ਜੋ ਤੁਹਾਨੂੰ ਹੁਕਮ ਹੋਇਆ, ਆਰਡਰ ਹੋਇਆ, ਉਹਦੇ ਮੁਤਾਬਿਕ ਇਹ ਨਹੀਂ, ਮੈਂ ਜਲੰਧਰ ਤੋਂ ਬੈਠਾ, ਹੁਣ ਦੇਖਿਆ ਸਾਰਾ ਵੀ ਰਸ਼ ਪੈ ਰਿਹਾ ਬੱਸ ਦੇ ਵਿੱਚ। ਕਿੰਨੀਆਂ ਸਵਾਰੀਆਂ ਸਾਨੂੰ ਲੋੜ ਆ? ਮੈਂ ਸਾਰਾ ਕੀਤਾ ਬਣਾਇਆ, ਕੋਈ ਗੱਲ ਨਹੀਂ, ਓਕੇ ਜੀ। ਦੂਜੇ ਪਾਸੇ ਅਸੀਂ ਵੇਖ ਸਕਦੇ ਹਾਂ ਕਿ ਕੁਝ ਬੱਸਾਂ ਵਾਲੇ ਕਾਨੂੰਨ ਦੀ ਪਾਲਣਾ ਵੀ ਕਰ ਰਹੇ ਹਨ। ਕੀ ਨਾਮ ਆਪਣਾ? ਅਰਜਨ ਸਿੰਘ। ਠੀਕ ਆ। ਮੈਂ ਆਪਣੇ ਦੈਨਿਕ ਉਜਾਲਾ ਨਿਊਜ਼ ਚੈਨਲ ਤੋਂ ਅਤੇ ਆਪਾਂ ਬੱਸ ਦੇ ਵਿੱਚ ਟੋਟਲ ਕਿੰਨੀਆਂ ਸੀਟਾਂ ਹੈਗੀਆਂ? ਕਿੰਨੀਆਂ ਸਵਾਰੀਆਂ ਵਾਸਤੇ ਸੀਟਾਂ? 52। ਅਤੇ ਕਿੰਨੀਆਂ ਸਵਾਰੀਆਂ ਆਪਾਂ ਬਿਠਾ ਸਕਦੇ ਹਾਂ ਵੈਸੇ, ਜੋ ਸਾਨੂੰ ਪਿੱਛੋਂ ਆਰਡਰ ਹੋਇਆ? ਯਾਨੀ ਕਿ ਅੱਧੀਆਂ ਸੀਟਾਂ ਆਪਾਂ ਬਿਠਾ ਸਕਦੇ। ਚਲੋ, ਵੈਸੇ ਅਸੀਂ ਕਾਫੀ ਬੱਸਾਂ ਦੇਖੀਆਂ ਜਿਹਦੇ ਵਿੱਚ ਕਾਨੂੰਨ ਦੀ ਬੜੀ ਉਲੰਘਣਾ ਕੀਤੀ ਜਾ ਰਹੀ ਆ ਔਰ ਕਾਨੂੰਨ ਨੂੰ ਬਿਲਕੁਲ ਨਹੀਂ ਮੰਨਦੇ ਬੱਸਾਂ ਵਾਲੇ। ਪਰ ਤੁਹਾਡੀ ਜਿਹੜੀ 7 ਵਜੇ ਬੱਸ ਆ, ਮੈਨੂੰ ਦੇਖਣ ਵਿੱਚ ਮਿਲਿਆ ਕਿ ਤੁਸੀਂ ਬੜੀ ਲਿਮਿਟ ਦੀਆਂ ਸਵਾਰੀਆਂ ਬਿਠਾਈਆਂ ਵਾ। ਹਾਂ, ਦੇਖ ਰਿਹਾ ਤੁਹਾਡਾ ਜਿਹੜਾ ਵਧੀਆ ਲੱਗਾ ਵੈਸੇ। ਔਰ ਬਾਕੀ ਜਿੱਦਾਂ ਹੁਣ ਮੈਂ ਕਈ ਬੱਸਾਂ ਉਹਨਾਂ ਦੀ ਅੱਜ ਉਹਨਾਂ ਦੀ ਮੈਂ ਕਵਰ ਹੀ ਕੀਤੀ ਆ, ਉਹਨਾਂ ਨੇ ਆਹ ਪੂਰੀਆਂ ਧੱਜੀਆਂ ਉਡਾਈਆਂ ਹੋਈਆਂ। ਅਤੇ ਤੁਹਾਡੀ ਬੱਸ ਦਾ ਨਾਂ ਕੀ ਹੈ ਜੀ? 7 ਵਜੇ ਬੱਸ, ਹੈ ਨਾ? ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ ਦੈਨਿਕ ਉਜਾਲਾ ਵਿੱਚ। ਸਾਡੀ ਸਰਕਾਰਾਂ ਅੱਗੇ ਬੇਨਤੀ ਹੈ ਕਿ ਜੋ ਬੱਸਾਂ ਵਾਲੇ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ, ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਦੁਬਾਰਾ ਇਹੋ ਜਿਹੀ ਕੋਈ ਗਲਤੀ ਨਾ ਕਰ ਸਕੇ। ਇਸ ਦੇ ਨਾਲ ਹੀ ਸ਼ੋਅ ਕੀ ਬਣੂ ਦਿਓ ਆ ਗਿਆ, ਅਤੇ ਫਿਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ।